ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਧਵਾਨ ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਜਿਨ੍ਹਾਂ ਦੇ ਵਿੱਚ 2 ਸੂਈਆਂ ਅਤੇ 2 ਗੱਭਣਾਂ ਅਤੇ 3 ਤੁਹਾਨੂੰ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਹਾਂ ਦੇਖ ਸਕਦੇ ਜੀ ਭਿੰਦੇ ਭਾਅ ਜੀ ਕੋਲ ਆਪਾਂ ਪਹੁੰਚੇ ਹਾਂ ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਇਕੱਲਾ ਇਕੱਲਾ ਪਛਾ ਤੁਹਾਨੂੰ ਤੋਰ ਕੇ ਚੰਗੀ ਤਰ੍ਹਾਂ ਬਾਹਰ ਕੱਢ ਕੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵੀਰ ਜੀ ਪਾ ਦੇਣਾ ਵੀਰ ਪਾ ਗਏ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੇਖ ਆਏ ਮੰਡੀ ਫਿਰ ਹਾਂਜੀ ਵੇਖ ਆਏ ਕਿੱਦਾਂ ਰਿਹਾ ਮੰਡੀ ਦਾ ਮਾਲ ਚਲ ਵਧੀਆ ਵੀਰ ਜੀ ਵੇਚ ਗਿਆ ਮਾਲ ਸਾਰੇ ਸਾਰਾ ਵੇਚ ਆਏ ਮਾਲ ਹਾਂ ਵੇਚ ਗਿਆ ਹਾਂ ਦਿਵਾਲੀ ਤੋਂ ਵਿਸਾਖੀ ਦੇ ਫੇਰ ਲਾਓਗੇ ਕਿ ਹੁਣ ਠੀਕ ਹੈ ਮੰਡੀ ਦੇ ਅੱਜ ਘਰੇ ਵੀ ਲਾਈ ਜੀ ਹਾਂ ਮਾਲ ਹੈਗਾ ਉਹ 2 ਡੰਗਰ ਮੈਂ ਹੋਰ ਵੇਚਤੇ ਆ ਅੱਛਾ ਤੁਹਾਨੂੰ ਦੱਸਿਆ ਇਹਨਾਂ ਮੈਨੂੰ ਕੋਈ ਮਜਬੂਰੀ ਇੱਕ ਤੇ ਆ ਲਗਾਤਾਰ 3 ਦਿਨ ਵਿਆਹ ਵਾ ਹਾਂਜੀ ਹਾਂਜੀ ਸਵੇਰੇ ਮੈਂ ਕਿਤੇ ਹਰਿਆਣੇ ਜਾਣਾ ਵਾ ਅੱਛਾ ਕੰਮ ਮੈਨੂੰ ਕੋਈ ਡੰਗਰਾਂ ਦੇ ਨਹੀਂ ਜਾਣਾ ਮੈਂ ਉਦਾਂ ਜਾਣਾ ਵਾ ਅੱਛਾ ਤੇ ਡੰਗਰ ਹਜੇ ਵੀ ਹੈਗੇ ਆ 9 ਹੀ ਡੰਗਰ 2 ਦੇ ਦਿੱਤੇ ਆ ਮੈਂ ਅੱਛਾ ਤੇ 7 ਡੰਗਰ ਹਜੇ ਵੀ ਹੈਗੇ ਠੀਕ ਹੈ ਤੇ ਇਹ ਜਿਹੜੇ ਅੱਜ ਵੇਚਦੇ ਨੇ ਤੁਸੀਂ ਇਹ ਵੀ ਅੱਜ ਮੈਂ ਵੇਚਣ ਵਾਲੇ ਮੁੱਲ ਪਾਉਣੇ ਇਹਨਾਂ ਦੇ ਨਾਲੇ ਵੀ ਜਿਹੜੇ ਨਾ ਕਿਸੇ ਦੇ ਵੀਰ ਦੇ ਪਸੰਦ ਹੋਣ ਤੇ ਲੈ ਲਈ ਆ ਫਿਰ ਬਾਅਦ ਚ ਮਗਰੋਂ ਸਾਹਮਣੇ ਔਖੇ ਹੋ ਜਾਣੇ ਆ ਚਲੋ 2-3 ਦਿਨ ਫਿਰ ਕੰਮ ਆ ਹਾਂਜੀ ਹਾਂਜੀ ਅਸੀਂ ਆਪਣੇ ਘਰ ਵੀ ਸਾਡੇ ਕੋਲ ਬਥੇਰਾ ਹੈਗਾ ਵਾ ਇਹ ਬਾਰ ਪਤਾ ਵਾ ਠੀਕ ਹੈ ਡੰਗਰ ਸਾਨੂੰ ਸਾਹਮਣੇ ਔਖੇ ਹੋ ਜਾਂਦੇ ਆ ਚਲੋ ਨਾਮ ਦੱਸ ਦਿਓ ਕਰੀ ਆਪਣਾ ਨਾਮ ਮੇਰਾ ਪਿੰਡਾ ਵਾ ਪਿੰਡ ਧਵਾਨ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਨੇੜੇ ਵਾਲੀ ਹਾਲ ਦੇ ਆ ਹਾਂਜੀ ਹੈਗਾ 9592247529 ਠੀਕ ਹੈ ਜੀ 9592247529 27529 ਆ ਠੀਕ ਹੈ ਜੀ ਹਾਂਜੀ ਸ਼ੁਰੂਆਤ ਫਿਰ ਆਪਾਂ ਤਾਜੀ ਸੂਈ ਤੋਂ ਹੀ ਆਪਾਂ ਕਰ ਲਈਏ ਅੱਜ ਹੀ ਸੂਈ ਦੱਸਦੇ ਆ ਬਾਕੀ ਜੇ ਜੁਰ ਪ੍ਰੋਪਰ ਪਾ ਦੀ ਇਹਨੇ ਹਾਂ ਜੀ ਜੇਰ ਆ ਦੋਵੇਂ ਰਸ਼ੀਆਂ ਤਾਜ਼ੀਆਂ ਆਪਣੇ ਕੋਲ ਸੂਈਆਂ ਵਾ ਅੱਛਾ ਦੋਵੇਂ ਤਾਜ਼ੀਆਂ ਸੂਈਆਂ ਕੱਲ ਸੂਈ ਸੀ ਤੇ ਆ ਬੱਚੇ ਜਿਹੜੇ ਇਹਨਾਂ ਦੇ ਦੋਵੇਂ ਬੱਚੇ ਜੇ ਹਾਂਜੀ ਇਹ ਗਾਣੇ ਸਾਫ ਸੂਫ ਕਰਤੀ ਆ ਧੋਤਾ ਆ ਕੇ ਠੀਕ ਹੈ ਜੀ ਜੁਰ ਪ੍ਰੋਪਰ ਪਾਤੀ ਆ ਬੋਲਾ ਸਵੇਰੇ ਕੋਈ ਆ ਹੀ 6 ਲੀਟਰ ਅੱਛਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਤੋਂ ਲਈ ਆ ਉਹ ਤੇ ਕਹਿੰਦੇ ਸੀ ਵੀ 22-23 ਕਿਲੋ ਵੈਡ ਗਾਂ ਸਾਡੀ ਦੁੱਧ ਕੱਢਦੀ ਤੀਜਾ ਸੂਆ ਸੂਈ ਆ ਅੱਛਾ ਤੇ ਆਸ ਆ ਵੀ ਇਹਨਾਂ ਦੁੱਧ ਦੇਣਾ ਚਾਹੀਦਾ ਬੋਲਾ ਸਵੇਰੇ 6-6.5 ਕਿਲੋ ਮੈਂ ਕੱਢਿਆ ਬੱਚੇ ਨੂੰ ਪਿਆਲ ਕੇ ਲਿਆ ਫਿਰ ਖੋਲ ਤੋੜ ਦਈਏ ਇਹਨੂੰ ਇਹਨੂੰ ਕੁਝ ਨਹੀਂ ਆਉਂਦਾ ਵੱਡੀ ਆ ਹਾਂ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਗਿਆ ਪਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਮਿਲਕ ਮੈਨ ਵੀ ਚੰਗੀ ਲੱਗੀ ਹੈ ਠੰਡੀਆਂ ਬੜੀਆਂ ਬੜਾ ਠੰਡੀਆਂ ਤੇਰੀਆਂ ਜਿਹੜੀਆਂ ਬਾਕੀ ਦੋਵੇਂ ਤਾਜ਼ੀਆਂ ਸੂਈਆਂ ਦੋਵਾਂ ਦੇ ਮਗਰ ਹੀ ਜਿਹੜੇ ਵਛੇ ਇਹ ਅੱਜ ਹੀ ਸੂਈ ਆ ਇੱਧਰ ਨੂੰ ਤੋਰ ਦੇ ਵੀਰ ਜੀ ਇੱਕ ਵਾਰੀ ਹਾਂ ਦੇਖ ਸਕਦੇ ਹਵਾਨਾ ਇਹਦਾ ਜ਼ਿਆਦਾ ਪ੍ਰੀਟ ਵਾਲੀ ਗਾਂ ਵਾ ਦੁੱਧ ਵਾਲੀ ਆ ਹਜੇ ਲੱਪਾ ਲੁੱਪਾ ਲਾਇਆ ਗਾਂ ਨੇ ਠੰਡੀ ਠੰਡੀ ਬਹੁਤ ਜ਼ਿਆਦਾ ਹਾਂ ਦੇਖ ਸਕਦੇ ਜੀ ਹੱਥ ਲੈ ਦੁੱਧ ਆਉਂਦਾ ਕਾਫੀ ਕਮਾਲ ਦੀ ਆ ਜਿਹੜੀ ਇਹ ਵੀ ਥੱਲਿਓਂ ਚੰਗੀ ਤਿਆਰ ਹੋਈ ਆ ਦੁੱਧ 22-23 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਦੁੱਧ ਵਾਲਾ ਹਵਾਨਾ ਵਾ ਕੋਈ ਭਲਾ ਨਹੀਂ ਆ ਹਵਾਨੇ ਤੇ ਗਾਂ ਚ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਵਾ ਬੱਚੇ ਦੋਵੇਂ ਬੜੇ ਪਲੇ ਆ ਬੱਚੇ ਦੋਵੇਂ ਚੰਗੇ ਟੀਕੇ ਦੇ ਆ ਕੋਈ ਨਹੀਂ ਗਾਣੇ ਚੁੱਕਿਆ ਠੀਕ ਆ ਜੀ ਤੇ ਕੀ ਰੱਖਣਾ ਇਹਦਾ ਮੁੱਲ ਫਿਰ ਮੁੱਲ 60-65 ਨਹੀਂ ਕਰਨਾ ਅੱਛਾ ਬਿਲਕੁਲ ਜਾਇਜ਼ ਵਾ 45,000 ਦੀ ਵੈਟ ਦੇ ਅੱਛਾ 45,000 ਦੀ ਹਾਂਜੀ ਉੱਚੇ ਵੀ ਕੋਈ ਛੋਟ ਛਾਟ ਕਰ ਦੋਗੇ ਮੁੱਲ ਮਾਨ ਕਰ ਦਾਂਗੇ ਜੀ ਠੀਕ ਅੱਜ ਮਤਲਬ ਮੁੱਲ ਹੀ ਉਹਨੇ ਕੀ ਰੱਖਣੀ ਆ ਕਿ ਜਿੰਨੇ ਕਰ 2 ਲੀਟਰ ਦੁੱਧ ਆਮ ਚਵਾਉਗੀ ਠੰਡੀ ਧੀਰੀ ਬੜੀ ਆ ਠੀਕ ਹੈ ਜੀ ਹੋਰ ਛਟਾ ਕੋਈ ਨਹੀਂ ਹੁਣ ਮੈਂ ਥੱਲੇ ਧਾਰਾ ਮਾਰਾਂ ਤੇ ਫਾਇਦਾ ਨਹੀਂ ਕੋਈ ਹਨਾ ਠੀਕ ਹੈ ਜੀ ਹੁਣ ਇੱਕ ਹੋਰ ਆ ਗਈ ਆ ਵਾਲੀ ਇਹ ਪਹਿਲਾ ਸੂਆ ਵੈੜ ਜੋ ਅੱਛਾ ਇਹ ਕੱਲ 12 ਵਜੇ ਦੀ ਸੂਈ ਕੱਲ ਦੀ ਸੂਈ ਆ ਹਾਂਜੀ ਜੇ ਜੁਰ ਪ੍ਰੋਪਰ ਪਾਤੀ ਇਹਨੇ ਵੀ ਓਕੇ ਰਿਪੋਰਟ ਆਪਣੇ ਕੋਲ ਸੂਈਆਂ ਨੇ ਠੀਕ ਆ ਆ ਦੇਖੋ ਇਹ ਥਾਣੇ ਵੀ ਤੁਹਾਨੂੰ ਲੱਗ ਕੇ ਦਿਖਾ ਦਈਏ ਇੱਕ ਵਾਰੀ ਹਾਂ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ ਅਜੇ ਪਹਿਲਾਂ ਹੀ ਸੂਆ ਵਾ ਅਤੇ ਹੁਣ ਤਾਂ ਥਣ ਪ੍ਰੋਪਰ ਹੱਥ 'ਚ ਆਉਣ ਵਾਲਾ ਵਾ ਬਾਕੀ ਜਿਸ ਤਰ੍ਹਾਂ ਚਵਾਈਆਂ ਹੋ ਗਈਆਂ ਹੋਰ ਵਧੀਆ ਕਰੂਗੀ ਅਤੇ ਹੱਥ ਆ ਜਾਏ ਬੱਚਾ ਹਾਂ ਦੇਖ ਸਕਦੇ ਆਹੀ ਬੈਟ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਇਹਨੇ ਜੇਰ ਜੂਰ ਜਿਹੜੀ ਆ ਜੇਰ ਉਦੋਂ ਸੁੱਟਣ ਦੀ ਸੀ ਠੀਕ ਹੈ ਅਤੇ ਕੱਲ੍ਹ 12 ਵਜੇ ਦੀ ਸੂਈ ਹੈ ਠੀਕ ਹੈ ਜੀ ਕੱਲ੍ਹ ਦੀ ਸੂਈ ਹੈ ਹਾਂਜੀ ਠੀਕ ਹੈ ਜੀ
ਤੇ ਕਿੰਨਾ ਕੁ ਵਿਧੀ ਦੁੱਧ ਚਵਾਈ ਜਾਊਗੀ? ਦੁੱਧ ਵਿਧੀ ਦੇ ਥੱਲੇ ਬੋਲਾ ਜਿਹੜਾ 8-9 ਕਿਲੋ ਆ। ਅੱਛਾ, ਪਹਿਲਣ ਵਸ਼ੀ ਆ। ਹਾਂਜੀ, ਬੜਾ ਪਿਆਰਾ ਵਾ ਦੁੱਧ, ਆਸ ਰੱਖਨੇ ਆ ਵੀ 12-13 ਕਿਲੋ ਦਊਗੀ। ਅੱਛਾ ਹਾਂਜੀ, ਚਲੋ 15 ਨਹੀਂ ਤੇ 12-13 ਕਿਲੋ ਤਾਂ ਥੱਲੇ ਨਹੀਂ ਜਾ। ਤੋਰੋ ਹਾਂ ਫਿਰ ਇੱਕ ਰਿੰਨ ਵੀ, ਬਾਕੀ ਪਹਿਲਾ ਸੂਆ ਹੀ ਆ। ਸਾਨ ਬੜਾ ਪਿਆਰਾ ਵਾ। ਉਹ ਤੇਰਾ ਠੰਡੀ ਤੇਰੀ ਜੇ ਠੰਡੀ ਠੰਡੀ ਆ, ਕੋਈ ਚੱਕਰ ਨਹੀਂ, ਠੰਡੀ ਬੜੀ ਆ। लत लुत नहीं मारदी कोई? बारह तेरह के लागे भी जो दुद्ध कहते कि चवाई जाऊगी। तो यदा की रखना भी जी मुल? फिर मुल हरप्रीत है जी 42,000 रुपया। अच्छा, 4,000 छोड़, 38,000 दी। अच्छा, 38,000 दी दे दोगे? ठीक है जी, चलो मौके से थोड़ा बहुत होर कर दोगे। ठीक है जी। तो हूँ आ गई अपने को तीसरे नंबर से, प्रिंट बड़ा सफाई से जोड़ा, यदा भी कद काट भी चंगा उच्चा वा, चार पांच दिन लेने। दुध कि चवाई जाओगी? बाकी रंग रूप दी बड़ी सोहनी है भी। बहुत थन भी चंगा लगा वा। दुध 20 लीटर ये भी जरा कहते चवाई जाऊगी। कद काठ भी जरा चंगा सोहना वा। तो मुल मुल भावे 60,000 करा ला, 50,000 दी दे दा। 50,000 दी, 2,000 होर मान कर दा, 48,000 दी। ठीक है जी, चलो थोड़ा बहुत मौके ते होर कर दियो। स्पेशल तोहफा ये होला पा आ गया। होला नहीं पा दा। अच्छा, दुध कढ़िया ता ने 20 किलो। अच्छा, अपने खास बंदे तो लई है, 10 दिन नहीं सुंदी। अच्छा, ठंड देख, कोई गर्मी नहीं, कोई गल नहीं, कोई बात नहीं। ठीक है जी, ते ठंडी वे। हां देख सकदे जी, इधर थाने ते मार लिया। हां देख सकदे, थाना दा साइड देख लो, काफी प्यारा जी बैठे है। अभी थाण वेख नु कड़ा कड़ा लगा। तोरो हां विद एक करी ना ढिल वेख इहदे विच किन्नी है। अजे 10 दिन किंदे खड़दी है ते दुध 20 लीटर जेड़ा चवा दिंदी। सज्जन बंदे तो लई है 20 किलो दुध सुंदीगा। ठीक है जी, ठंडी धेरी आने ठंडिया धेरिया थोड़िया घट लगती है जी। ठीक है जी, ले आओ जी। अजे 10 दिन खड़ी सोन चे, हवाना होने तो ही सोना दिखा दी थल्यो। की मुल रखना भी जी? फिर 40,000 35,000 दी, 20 लीटर वाली 35,000 चे तैयार करके बेची ना, फिर वध बेचांगे। अच्छा ठीक है जी, चलो मौके दे मानता ना, होर थोड़ा पता कर दोगे? ठीक है, मज्जां दिखा दी हुण आपां। आ सुई सवाई मज्ज, बच्चा की है ते मगर ग्यारह बारह दिन हो गए। तोर दी नवी एक करी।
8 किलो तैयार है मौके ते। बाकी हुण स्टाले स्टूले तुर पैने आ। कद वाली वड्डी आ। ओ तरह जिहड़ा कद वजन चंगा वा। ਥੱਲਿਆਂ ਵੀ ਚੰਗੀ ਤਿਆਰ ਹੋਈ ਆ ਹਾਂਜੀ ਬਾਕੀ ਜਿਹੜੇ ਚੀਜ਼ ਸਹੀ ਆ ਉਹੀ ਦੱਸਣੀ ਚਾਹੀਦੀ ਜੋ ਅਗਲਾ ਫੋਨ ਕਰੇ ਨਾ ਯਾਰ ਉਹਨਾਂ ਨਿਕਲਿਆ ਨਹੀਂ ਦੱਸੋ ਹੀ ਉਹਨਾਂ ਜਨਾ ਅਗਲੇ ਤੇ ਘਰੇ ਜਾ ਕੇ ਉਹੀ ਚੀਜ਼ ਨਿਕਲਣੀ ਚਾਹੀਦੀ ਜੋ ਦੱਸੋ ਮਿਲਿਆ ਫੇਰ ਹੁੰਦਾ ਯਾਰ ਥੋੜਾ ਜਿਹਾ ਕਿਲੋ ਅੱਧਾ ਕਿਲੋ ਕਿਸੋਂ ਬੜੇ ਜਾ ਗਏ ਫੇਰ ਗਾਹਕ ਥੋੜੇ ਵੀ ਮਾਲ ਲਈਦਾ ਹਾਂਜੀ ਹਾਂਜੀ ਯਾਰ 12 ਕਿਲੋ ਕਹਿ ਕੇ ਫੋਨ ਟਾਵਰ ਬਣਾਉਂਦਾ ਮਾਰਾ ਕਹੀ ਜਾਈ ਉਹਦਾ ਕੋਈ ਫਾਇਦਾ ਨਹੀਂ ਹਾਂਜੀ ਹਾਂਜੀ मझ हो जोड़ा हो गया ही पर दार ठीक है बाकी पिठ पुड़े दी भी देख सकते पूरी राजी झोटी है जिहड़ी चंगी सोहनी झोटी है ਲਿਆ ਜੀ ਵੀਰ ਜੀ ਖਾਣੋ ਇਹ ਝੋਟੀ ਨੂੰ ਯਾਕ ਵਾਲੀ ਝੋਟੀ ਮਾਰ ਲੈ ਨਾਲੇ ਵੱਡੀ ਆ ਕੱਦ ਕਾਠ ਵੀ ਚੰਗਾ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਸੂਆ ਪਹਿਲਾਂ ਇਹਦੇ ਥਣ ਬੜਾ ਕਮਾਲ ਦਾ ਵਾ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਹਰ ਦੇ ਕਿੰਨਾ ਮੁੱਲ ਪਾਈ ਇਹਦਾ ਤੂੰ ਦੱਸ ਝੋਟੀ ਵੇਖ ਲੈ ਕਿਦਾਂ ਜਾਇ ਜੀ ਕਰ ਦੇ ਇਹਦਾ ਵੀ बाकी कुछ थोड़ा बहुत मौके दे कर दे जे कोई बाठ दी हां ना दे दांगे अच्छा बाठ दी हां ना ठीक है जी बाठ हजार दी झोटी कहिंदे दे देंगे दो 10 लीटर चवाई जाओगी पहले सू मतलब एला मजा नहीं ਹੁਣ ਆ ਗਈ ਆਪਣੇ ਕੋਲ ਨੀਲੀ ਦੀ ਮੱਝ ਬਿੱਲੀਆਂ ਅੱਖਾਂ ਆਪਣੇ ਕੋਲ ਪਿਓਰ ਨੀਲੀ ਦੀ ਬਹੁਤ ਚੰਗੀ ਸੀ ਅੱਛਾ ਹੋਰ ਨਿਕਲ ਗਈ ਆ ਹੁਣ ਤਾਂ ਪਹਿਲੇ ਤੇ ਇਹਦੇ ਕੋ ਕਿੰਨਾ ਦੁੱਧ ਤਿਆਰ ਜੀ ਇਹਦੇ ਕੋ ਵੀ ਦੁੱਧ 8 ਕਿਲੋ 8 ਕਿਲੋ ਹੀ ਹੈ ਇਹਦੇ ਕੋਲ ਮੈਂ ਦੁੱਧ ਵੱਧ ਦੱਸਾਂ ਨਹੀਂ ਯਾਰ ਫਾਇਦਾ ਨਹੀਂ ਕੋਈ ਦੇ ਅਖਾਣੇ ਦੇ ਦੇਖ ਸਕਦੇ ਜੀ ਲੱਗੇ ਤਾਂ ਪਿੱਛੇ ਹੋ ਗਏ ਦੇਖੋ ਵੱਧ ਦੁੱਧ ਦੱਸਿਆ ਕੋਈ ਜ਼ਿਆਦਾ ਨਹੀਂ ਮਜ਼ਾ ਆਉਂਦਾ ਹਾਂਜੀ ਹਾਂਜੀ ਦੁੱਧ ਮੈਂ ਹਲੇ ਵੱਧ ਵਾ ਪੀਦ ਠੀਕ ਹੈ 9 ਕਿਲੋ ਦੁੱਧ ਵਾ ਮੈਂ ਹਲੇ ਠੀਕ ਹੈ ਦੱਸਾਂਗਾ 8-8 ਇਹਦੇ ਕੋਲ ਵੀ 8 ਲੀਟਰ ਦੀ ਮੌਕੇ ਦੇ ਦੁੱਧ ਤਿਆਰ ਦੱਸਦੇ ਆ ਬਾਕੀ ਜਿਹੜੀਆਂ ਸੂਈਆਂ ਸਵਾਈਆਂ ਵਾ ਆਪਣੀ ਤਸੱਲੀ ਕਰਕੇ ਖੜੋ ਇੱਧਰ ਨੂੰ ਤੁਰ ਦੇ ਵੀਰ ਜੀ ਇੱਕ ਵਾਰੀ ਨਵੀਂ ਪੇਸ਼ੀ ਦੀ ਚੋਂ ਚਲਾ ਨੂੰ ਕੋਕ ਆ ਜੋ ਲੈ ਆਓ ਜੀ ਉਹ ਰਾਜੀ ਨੂੰ ਜੀ ਮੱਝ ਚੰਗੀ ਆ ਬਾਕੀ ਮੱਝਾਂ ਤਿੰਨੇ ਜਿਹੜੀਆਂ ਰਾਜੀ ਆ ਭਾਰੀਆਂ ਮੱਝਾਂ ਵਾ ਪੂਰੀਆਂ ਬਾਕੀ ਜਿਹੜਾ ਕੋਈ ਵੀਰ ਇੱਥੇ ਆਊਗਾ ਪਸੰਦ ਆਊਗੀ ਇੱਕ ਵਾਰੀ ਇਹਦੇ ਮਗਰ ਵੀ ਜਿਹੜਾ ਕੱਟਾ ਵਾ ਭਾਰੀਆਂ ਮੱਝਾਂ ਵਾ ਜਿਹੜੀਆਂ ਵੱਡੀ ਝੋਟੀ ਆ ਬਹੁਤ ਜ਼ਿਆਦਾ ਚੰਗੀ ਆ ਤੇ ਇਹਦਾ ਕੀ ਵਿਕਣ ਵਾਲੀਆਂ ਨੇ ਕੋਈ ਇਹ ਨਾ ਕਹੇ ਵੀ ਵੇਚ ਕੇ ਰੇਟ ਮੰਡਾੜਿਆ ਪਾਉਣ ਇਹਨਾਂ ਦੇ ਹਾਂਜੀ ਇਹ ਮੱਝਾਂ ਵਿਕਣ ਵਾਲੀਆਂ ਵਾ ਬਿਆਰ ਨਾ ਮੰਦੇ ਭਾਅ ਦੇ ਪਾਉਂਦੇ ਆ ਮਈਆਂ ਠੀਕ ਆ ਝੋਟੀ ਮਈਆਂ ਦੀ ਝੋਟੀ ਮੈਂ 75000 ਦੀ ਵੇਚ ਦਿੰਦਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਆਪਾਂ ਨੂੰ ਅੱਜ ਕਿੰਨੀ ਦੀ ਦੇ ਦੇਣੀ ਜੈਸ ਨੋ ਵੀ ਬਿਲਕੁਲ ਜਿਹੜਾ ਛੋਟੀ ਹੋਵੇ 200 ਰੁਪਏ 60000 ਰੁਪਏ ਦੀ ਦੇ ਦੇਣੀ 60000 ਦੀ
ਤੂੰ ਭਾਵੇਂ ਕਿ ਕੋਈ ਸਾਈ ਪਵਾਲੀ ਨਹੀਂ ਦੀ ਪੈਸੇ ਲੈ ਲਾਂਗੇ। ਅੱਛਾ ਠੀਕ ਹੈ, ਮੈਂ ਤੂੰ ਕਹਿੰਦਾ ਮੈਂ ਵੀ ਸਾਈ ਪਵਾਲੀ ਠੀਕ ਹੈ। 9-10 ਕਿਲੋ ਮਹੀਂ ਕੋ ਦੁੱਧ ਵਾ। ਅੱਛਾ ਕਿਲੋ ਦੁੱਧ ਨਹੀਂਗਾ, ਦੁੱਧ 10 ਕਿਲੋ ਮਹੀਂ ਥੱਲੇ। ਅੱਛਾ ਪਰ ਮੈਂ ਤੈਨੂੰ ਕਿਲੋ ਡੇਢ ਕਿਲੋ ਘੱਟ ਕਹਿਣਾ। ਠੀਕ ਹੈ ਜੀ, ਕਿਉਂਗਾ ਦੂਰ ਨੇੜੇ ਡੰਗਰ ਜਾਣਾ ਹੁੰਦਾ ਵਾ, ਮੁੜ ਕੇ ਲਾਮਾ ਨਹੀਂ ਆਉਂਦਾ। ਹਾਂਜੀ ਹਾਂਜੀ ਠੀਕ ਹੈ ਨਾ। ਹਾਂਜੀ, ਕਿਉਂਕਿ 4-5 ਸਾਲ ਸਾਨੂੰ ਵੀਡੀਓ ਪਾਉਂਦੇ ਨੇ, ਹੋ ਗਿਆ ਠੀਕ ਹੈ ਵੀ ਸਾਡੇ ਤੇ ਯਕੀਨ ਕਰਕੇ ਸਾਡੇ ਤੋਂ ਮਾਲ ਲੈਂਦੇ ਆ, ਤੇ ਇਹ ਥੋੜਾ ਵੀ 12 ਕਿਲੋ ਕਹਿ ਕੇ ਨਹੀਂ ਚੀਜ਼ ਤੇ ਸਹੀ ਦੱਸਾਂਗੇ, ਫਿਰ ਹੀ ਲੰਮਾ ਚਿਰ ਤੁਰਿਆ ਜਾਣਾ ਨਹੀਂ ਤੇ ਨਹੀਂ ਚੱਲਦਾ ਆਨਲਾਈਨ। ਹਾਂਜੀ ਉਹ ਦੋਨਾਂ ਵੀ ਦੱਸੋ ਜਿੰਨਾ ਕੁ ਹੁੰਦਾ। ਹਾਂਜੀ ਹਾਂਜੀ ਠੀਕ ਹੈ ਨਾ, ਕਿਲੋ ਦਾ ਕਿਲੋ ਜਿਹੜਾ ਨਾ ਉਹ ਤਾਂ ਮੈਂ ਦਾ ਹੋ ਜਾਂਦਾ, ਬਾਕੀ ਇਹ ਹੈ ਕਿ ਫਿਰ ਵੀ ਚਲੋ ਆਪਣੀ ਚਵਾਈ ਕੋ ਕਰਕੇ ਖੜੇ, ਤਸੱਲੀ ਕਰਕੇ ਖੜੇ ਵੀਰ ਆਪਾਂ ਪੈਸੇ ਲਾਏ ਆ। ਹਾਂਜੀ ਹਾਂਜੀ, ਪਰ ਵੀਰ ਇਹਨੇ ਮਈਆਂ ਦੇ ਅੱਜ ਮੁੱਲ ਪਾਏ ਆ ਨਾ। ਹਾਂਜੀ ਹਾਂਜੀ, ਚੇਤਰ ਨੂੰ ਮਈਆਂ ਇਹਨਾਂ ਦੀਆਂ ਵਿਕਣੀਆਂ। ਅੱਛਾ ਫਿਰ ਲੋਕਾਂ ਦੇ ਮਈਆਂ ਫਿਰ ਇਹਨਾਂ ਦੀਆਂ ਵਿਕ ਜਾਂਦੀਆਂ, ਬੱਚੇ ਸਾਂਭ ਕੇ ਰੱਖੇ ਬੰਦਾ ਇਹਨਾਂ ਦੇ ਤੇ। ਠੀਕ ਹੈ ਜੀ, 5-6 ਹਜ਼ਾਰ ਡਾਊਨ ਕਰਕੇ ਠੀਕ ਹੈ। ਵੱਡੀ ਮਈਆਂ ਕੀ ਉਹਦਾ ਮੁੱਲ ਪਾਇਆ ਮੈਂ? ਹਾਂਜੀ ਹਾਂਜੀ ਹਾਂਜੀ, ਭਾਅ ਨਾ ਲਿਆਂਦੀਆਂ ਤੇ ਭਾਅ ਨਾ ਦੇਣੀਆਂ ਵਾ। ਠੀਕ ਹੈ ਜੀ, ਸਭ ਕੁਝ ਮਿਲ ਜਾਂਦਾ ਬਾਹਰੋਂ, ਪੈਸੇ ਨੂੰ ਹਰ ਇੱਕ ਚੀਜ਼ ਮਿਲਦੀ ਹੈ। ਠੀਕ ਹੈ ਜੀ, ਨਹੀਂ ਮਿਲਦਾ ਮਾਲ ਬਥੇਰਾ ਮਿਲਦਾ ਡੇਲੀ ਮਾਲ, ਹੁਣ ਆਪਾਂ ਵੇਲੇ ਆ ਸਿਰਫ ਸਾਨੂੰ 4 ਦਿਨ ਕੰਮ ਆ, ਥੋੜਾ ਕੰਮ ਤੋਂ ਹੀ ਵੀ ਕਹਿੰਦੇ ਕਿ ਜ਼ਰੂਰੀ ਪੈ ਗਿਆ ਵਾ, 12-13 ਡੰਗਰ ਨਾ ਹੁਣ ਲਗਾਤਾਰ ਵੀਡੀਓ ਆਈ ਜਾਊਗੀਆਂ ਕਿ। ਹਾਂਜੀ ਹੁਣ ਵੀ ਅੱਜ ਨਾ ਸ਼ਾਮ ਨੂੰ ਜਾਣਾ ਵਾ 8 ਵਜੇ ਹੀ। ਠੀਕ ਹੈ, ਤੇ ਕੱਲ ਰਾਤ ਕੇ 10-11 ਵਜਣੇ ਆ। ਠੀਕ ਹੈ ਜੀ, ਤੇ ਮਾਲ ਆਪਣੇ ਕੋਲ ਡੇਲੀ ਆਉਂਦਾ ਵਾ। ਠੀਕ ਹੈ, ਮੇਰੇ ਵੀਰ ਨੇ ਲੈਣੀ ਆ, ਨੰਬਰ ਆਪਣਾ 95-24-2427-2529, ਨਾਮ ਮੇਰਾ ਪਿੰਡਾ ਪਿੰਡ ਧਵਾਨ ਦੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀ ਆਉਂਦੇ। ਬਹੁਤ ਬਹੁਤ ਧੰਨਵਾਦ ਜੀ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।